गांव रुकनपुरा खुमकेड़े में चली गोली। 60 वर्षीय दर्शन सिंह पुत्र बाल सिंह को लगी गोली। सरकारी हॉस्पिटल में कराया गया भर्ती, डॉक्टरों ने किया रेफर। इधर पुलिस को मामले की सूचना दे दी गई है। ਕੀ ਨਾਂ ਕੀ ਬਾਬਾ ਜੀ ਆਪਣਾ? ਦਰਸ਼ਨ ਸਿੰਘ। ਕਿਸ ਤਰ੍ਹਾਂ ਦਾ ਮਾਮਲਾ ਸੀਗਾ ਜਿਹੜੇ ਤੁਹਾਡੇ ਪੇਰ ਤੇ ਗੋਲੀ? ਮਾਮਲਾ ਚਾਚੇ ਭਤੀਜੇ ਦੀ ਲੜਾਈ ਸੀ। ਭਤੀਜਾ ਆਉਂਦਾ ਸੀ ਵੀ ਚਾਚਾ ਪਾਣੀ ਬੰਨਦਾ ਸੀ, ਭਤੀਜਾ ਆਉਂਦਾ ਸੀ ਵੀ ਮੈਂ ਤੈਨੂੰ ਜਾਨੋਂ ਮਾਰਦਾ, ਮੈਂ ਤੈਨੂੰ ਛੱਡਣਾ ਆਉਂਦਾ। ਭਤੀਜਾ ਉਹਨੇ ਚਾਚੇ ਨੇ ਆਖਿਆ ਵੀ ਤੂੰ ਮੈਂ ਤਾਂ ਬੰਨਾਂਗਾ, ਮੇਰਾ ਫਸਲ ਡੁੱਬਦਾ। ਅਤੇ ਭਤੀਜਾ ਆਉਂਦਾ ਮੈਂ ਤੈਨੂੰ ਬਣਾ ਲੈਂਦਾ ਖਲੋਜਾ, ਮੈਂ ਤੈਨੂੰ ਛੱਡ ਦਿੰਦਾ ਦੱਸਣਾ। ਉਹ ਫਿਰ ਕੋਠੇ ਚੜ੍ਹ ਗਿਆ, ਕੋਠੇ ਚੜ੍ਹ ਕੇ ਉਹਨੇ ਸਿੱਧੇ ਪੈਰ ਮਾਰਨੇ, ਉਹ ਚਾਚੇ ਨੂੰ ਨਾਲ ਲਲਕਾਰੇ ਮਾਰਦਾ ਵੀ ਮੈਂ ਤੈਨੂੰ ਛੱਡਣਾ ਨਹੀਂ, ਮਾਰ ਦੇਣਾ। ਅਤੇ ਉਹਨੂੰ ਉਹ ਖੈਰ ਮਾਰਦਾ ਸੀ, ਅਤੇ ਉਹ ਖੈਰ ਮੈਂ ਇੱਕ ਖੈਰ ਮੈਨੂੰ ਆ ਵੱਜਿਆ, ਛੇਦੇ ਹੀ ਮਾਰਿਆ। ਕਿੰਨੇ ਫੈਰ ਜੀ? ਛੇ ਫੈਰ। ਕੀ ਨਾਂ ਕੀ ਹੈ ਜੀ? ਕਿੱਥੋਂ ਦਾ ਨਿਵਾਸੀ ਹੋ? ਸੁਰਿੰਦਰ ਸਿੰਘ, ਪਿੰਡ ਰੁਕਨਪੁਰਾ ਖੁਮਕੇੜਾ। ਕਿਸ ਤਰ੍ਹਾਂ ਦਾ ਮਾਮਲਾ ਸੀਗਾ ਜਿਹੜੀ ਗੋਲੀਆਂ ਚੱਲੀਆਂ ਜੀ? ਮਾਮਲਾ ਜੀ ਸਾਡਾ, ਮੈਂ ਉਹਨਾਂ ਬੰਦਿਆਂ ਦੀ ਪੈੜੀ ਠੇਕੀ ਲੈਂਦਾ, ਮੇਰੇ ਭਰਾ ਦਾ ਹੀ ਲੜਕਾ। ਕੌਣ? ਕੀ ਨਾਂ? ਕੀ ਉਹਨਾਂ ਦਾ? ਆਤਮਜੀਤ ਸਿੰਘ ਦਾ ਨਾਂ ਹੈ, ਹਰਚਰਨ ਸਿੰਘ ਦਾ ਲੜਕਾ। ਮੈਂ ਉਹਨਾਂ ਦੀ ਪੈੜੀ ਠੇਕੀ ਲੈਂਦਾ, ਠੇਕੀ ਲੈਣ ਦੇ ਬਾਅਦ ਮੀਂਹਾਂ ਦੇ ਕਾਰਨ ਮੇਰੀ ਫਸਲ ਡੁੱਬਦੀ ਸੀ, ਅਤੇ ਛੱਪੜ ਦਾ ਨਿਕਾਸ ਜਿੱਧਰੋਂ ਪਾਣੀ ਪੈਂਦਾ ਉੱਧਰੋਂ ਉਲਟ ਪਾਣੀ ਨਿਕਲੀ ਜਾਂਦਾ, ਤਾਂ ਅਸੀਂ ਉਹਨੂੰ ਬੰਨਦੇ ਸਾਂ। ਉਹਨੇ ਸਿਰਫ ਸਾਨੂੰ ਇੰਨਾ ਹੀ ਆਣ ਕੇ ਆਖਿਆ ਵੀ ਪਹਿਲੋਂ ਮੇਰੇ ਘਰ ਦਾ ਪਾਣੀ ਬੰਨੋ, ਜਿਹੜਾ ਸੈਫਨ ਦਾ ਪਾਣੀ ਮੇਰੇ ਘਰ ਜਾ ਗਿਆ ਲਾਰੀ ਦਾ, ਲੈਟਰਿੰਗ ਵਾਲੀ ਦਾ। ਅਸੀਂ ਆਖਿਆ ਵੀ ਤੇਰਾ ਬਾਅਦ 'ਚ ਬੰਨਾਂਗੇ, ਜਾਂ ਤੂੰ ਕਹੀ ਲਿਆ ਕਿ ਆਪਦਾ ਆਪ ਬੰਨਣਾ ਵੀ ਸਾਡਾ ਫਸਲ ਦਾ ਨੁਕਸਾਨ ਹੋਈ ਜਾਂਦਾ, ਸਾਨੂੰ ਬੰਨ ਲੈਂਦੇ ਪਾਣੀ। ਬਸ ਇੱਥੋਂ ਹੀ ਇੰਨੀ ਗੱਲ ਹੋਈ ਹੈ ਕਿ ਪਸਤੌਲਾ ਆ ਘਰੋਂ ਦੋ ਫੈਰ ਚਲਾ ਤੇ। ਕਿੰਨੇ ਫੈਰ ਕੀਤੇ? ਦੋ ਪਹਿਲੋਂ ਕੀਤੇ ਹਵਾਈ ਮੇਰੇ ਤੇ ਪੈਰਾਂ 'ਚ। ਉਸ ਤੋਂ ਬਾਅਦ ਉਹਨੇ ਕੀ ਕੀਤਾ ਵੀ ਉੱਤੇ ਕੋਠੇ 'ਤੇ ਚੜ੍ਹ ਗਿਆ, ਮੈਂ ਵੀ ਅੱਗੋਂ ਐਵੇਂ ਆਖਾਂ, ਮੈਂ ਵੀ ਉਹਨੂੰ ਆਖਿਆ ਵੀ ਤੂੰ ਜੇ ਮਾਰਨਾ ਤਾਂ ਨੇੜੇ ਆਣ ਕੇ ਮਾਰ, ਦੂਰੋਂ ਕਿਉਂ ਮਾਰਨਾ, ਕਿ ਅਸੀਂ ਤਾਂ ਅੱਗੇ ਮਰੇ ਹੀ ਪਏ, ਫਸਲ ਡੁੱਬ ਗਿਆ। ਅਤੇ ਉਹ ਕੋਠੇ 'ਤੇ ਚੜ੍ਹ ਗਿਆ, ਕੋਠੇ 'ਤੇ ਚੜ੍ਹ ਕੇ ਉਹਨੇ ਤਿੰਨ ਫਿਰ ਬਰਾਤ ਕੇ। ਅਤੇ ਫਿਰ ਕਿਹਦੀ ਵੱਜੀ? ਘਰੋਂ ਮੇਰੀ ਲੜਕੀ ਅਤੇ ਜਨਾਨੀ ਭੱਜੀਆਂ ਨੇ, ਬੰਦਾ ਸੀਰੀ ਤਾਂ ਮੇਰਾ ਕੋਲ ਸੀ, ਉਹ ਤਾਂ ਪਾਸੇ ਹੋ ਗਿਆ ਵਿਚਾਰਾ, ਕਹੀ ਛੱਡ ਗਏ। ਅਤੇ ਘਰੋਂ ਜਨਾਨੀ ਆਈ, ਇਹ ਮੇਰੀ ਲੜਕੀ ਆਈ ਜਵਾਨ, ਘਰੋਂ ਵੀ ਡੈਡੀ ਆ ਜਾਓ ਤੁਸੀਂ ਨਾ ਲੜੋ। ਅਤੇ ਇਹ ਵੀ ਵਿਚਾਰਾ ਗੁਆਂਢੀ ਮੇਰਾ ਬੜਾ ਚੰਗਾ, ਇਹ ਉੱਥੋਂ ਆਇਆ ਆਉਂਦਾ ਤੂੰ ਲੜਾਈ 'ਚੋਂ ਕੀ ਲੈਣਾ ਵੀ ਘਰ ਨੂੰ ਆ ਜਾ। ਇਹ ਮੈਨੂੰ ਫੜ ਕੇ ਲਿਆ ਹੀ ਜਾਂਦੇ, ਗੁੱਡੀ ਰਹੀ ਆਉਂਦੀ ਫੜ ਕੇ, ਇੱਕ ਫਾਇਰ ਤਾਂ ਨਿਕਲ ਗਿਆ ਸਾਡੇ ਪਾਸੋਂ ਦੀ। ਫਿਰ ਉਹਨੇ ਇੱਕ ਚਲਾਇਆ, ਉਹ ਇਹਦੇ ਦਰਸ਼ਨ ਸਿੰਘ ਦੇ ਵੱਜ ਗਿਆ, ਦਰਸ਼ਨ ਸਿੰਘ ਮੇਰੇ ਤੋਂ ਦੂਰ ਖਲੋਤਾ ਹੈ ਥੋੜ੍ਹਾ। ਇੰਨੀ ਗੱਲ ਹੋਈ ਜੀ, ਕੋਈ ਹੋਰ ਗੱਲ ਨਹੀਂ, ਕੋਈ ਅਸੀਂ ਮੁੱਠਭੇੜ ਦੀ ਲੜਾਈ ਨਹੀਂ ਲੜੀ, ਕੋਈ ਉਹਨੂੰ ਇਸ ਤਰ੍ਹਾਂ ਨਹੀਂ ਆਖਿਆ ਜਾਂ ਕੋਈ ਗੱਲ ਆ ਬਾਤ ਆ, ਇੰਨੀ ਗੱਲ ਆ। ਕਿਸ ਤਰ੍ਹਾਂ ਦਾ ਮਾਮਲਾ ਸੀਗਾ? ਇੱਕ ਬੁੜੇ ਨੂੰ ਗੋਲੀ ਲੱਗੀ, ਰੁਕਨਪੁਰਾ ਤੋਂ ਆਏ ਹੈਗੇ, ਕਹਿੰਦੇ ਕੋਈ ਖੇਤ 'ਚ ਬ੍ਰਦਰਸ ਦੇ ਵਿੱਚ ਲੜਾਈ ਹੋਈ ਹੈਗੀ, ਤਾਂ ਕਰਕੇ ਕਹਿੰਦੇ ਗੋਲੀ ਸੱਟ ਵੱਜੀ ਹੈਗੀ ਉਹਨਾਂ ਦੀ ਕਾਰਨ। ਦਰਸ਼ਨ ਸਿੰਘ ਹੈਗੇ ਆ, ਰੁਕਨਪੁਰਾ ਦੇ ਰਹਿਣ ਵਾਲੇ ਹੈਗੇ, ਇੱਕ ਗੋਲੀ ਵੱਜੀ ਹੈਗੀ ਹੈ, ਅਤੇ ਜਿੰਨਾ ਅਸੀਂ ਹੁਣ ਵੇਖਿਆ ਹੈਗਾ ਹਾਲੇ ਤੱਕ, ਅਤੇ ਉਹ ਸ਼ਾਇਦ ਨਿਕਲ ਗਈ ਹੈ ਗੋਲੀ ਆਰ ਪਾਰ। ਹਾਂਜੀ, ਅਸੀਂ ਪੀ MLR ਕੱਟੀ ਹੈਗੀ ਇਹਨਾਂ ਦੀ, ਅਤੇ MLR ਕੱਟ ਕੇ ਵੀ ਨਹੀਂ, ਅਸੀਂ ਫਰੀਦਕੋਟ ਰੈਫਰ ਕਰਾਂਗੇ, ਕਿਉਂਕਿ ਐਕਸਰੇ ਕੱਲ੍ਹ ਸੰਡੇ ਹੈਗਾ, ਅਤੇ ਅੱਜ ਇਸ ਟਾਈਮ ਐਕਸਰੇ ਹੁੰਦਾ ਨਹੀਂ।